ਅੱਗੇ ਵਧਦੇ ਹਾਂ। ਨੀਟ ਪ੍ਰੀਖਿਆ ਦੌਰਾਨ ਸਿੱਖ ਕੌਮ ਦੇ ਵਕਾਰ ਅਤੇ ਕਕਾਰ ਦੀ ਲੜਾਈ ਲੜਨ ਵਾਲੇ ਕਾਕਾ ਜਸ਼ਨਪ੍ਰੀਤ ਸਿੰਘ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਸ਼ਨਪ੍ਰੀਤ ਅਤੇ ਉਸਦੀ ਮਾਤਾ ਕਰਮਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਜਸ਼ਨਪ੍ਰੀਤ ਵੱਲੋਂ ਦਿਖਾਈ ਗਈ ਦਲੇਰੀ ਦੀ ਸ਼ਲਾਘਾ ਕੀਤੀ। ਦਰਅਸਲ ਬੀਤੇ ਦਿਨੀ ਹੋਈ ਪ੍ਰੀਖਿਆ ਦੌਰਾਨ ਜਸ਼ਨਪ੍ਰੀਤ ਨੂੰ ਕੇਂਦਰੀ ਵਿਦਿਆਲੇ ਪ੍ਰੀਤਮਪੁਰਾ ਵਿਖੇ ਅਧਿਕਾਰੀਆਂ ਵੱਲੋਂ ਕੜੇ ਅਤੇ ਕਿਰਪਾਨ ਦੇ ਨਾਲ ਪ੍ਰੀਖਿਆ ਕੇਂਦਰ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰਤਾ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਤੋਂ ਪ੍ਰੇਰਣਾ ਲੈ ਕੇ ਪਰਿਵਾਰ ਵੱਲੋਂ ਪੁਲਿਸ ਅਤੇ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੇ ਨੂੰ ਸ਼ਿਕਾਇਤ ਕੀਤੀ ਗਈ, ਜਿਸ ਕਰਕੇ ਪ੍ਰੀਖਿਆ ਕੇਂਦਰ ਵਿੱਚ ਜਸ਼ਨਪ੍ਰੀਤ ਦਾ ਦਾਖਲਾ ਕਕਾਰਾਂ ਸਹਿਤ ਮੁਮਕਿਨ ਹੋ ਪਾਇਆ ਸੀ। ਕਮੇਟੀ ਦਫ਼ਤਰ ਪੁੱਜੇ ਜਸ਼ਨਪ੍ਰੀਤ ਨੂੰ ਥਾਪੜਾ ਦਿੰਦੇ ਹੋਏ ਜੀ ਕੇ ਨੇ ਇਸ ਮਸਲੇ ਤੇ ਅੱਗੇ ਕਾਨੂੰਨੀ ਲੜਾਈ ਲੜਨ ਦਾ ਵੀ ਐਲਾਨ ਕੀਤਾ। ਅਸੀਂ ਇੱਕ ਐਡਵਾਈਜ਼ਰੀ ਇਸ਼ੂ ਕੀਤੀ ਸੀਗੀ ਕਿ ਜੇ ਕਿਸੇ ਨੂੰ ਰੋਕਿਆ ਜਾਵੇ ਉਹ ਇਮੀਡੀਏਟ ਸਾਨੂੰ ਰਿਪੋਰਟ ਕਰੇ। ਜਸਵਿੰਦਰ ਸਿੰਘ ਜੌਲੀ ਅਸੀਂ ਨੰਬਰ ਫਲੈਸ਼ ਕੀਤਾ ਸੀਗਾ। ਕੌਨਸਟੀਟਿਊਸ਼ਨ ਸਾਨੂੰ ਇਹ ਹੱਕ ਪ੍ਰੋਵਾਈਡ ਕਰਦਾ, ਇਸ ਨੂੰ ਬਿਲਕੁਲ ਨਹੀਂ ਰੋਕਿਆ ਜਾ ਸਕਦਾ। ਸੋ ਇਹ ਬੱਚੇ ਨੇ ਜਦੋਂ ਇਹ ਐਂਟਰੈਂਸ ਦੇਣ ਵਾਸਤੇ ਗਿਆ, ਇਸ ਨੂੰ ਰੋਕਿਆ ਗਿਆ। ਇਸ ਨੇ 100 ਨੰਬਰ ਡਾਇਲ ਵੀ ਕੀਤਾ, ਖਾਲੀ 100 ਨੰਬਰ ਡਾਇਲ ਨਹੀਂ ਕੀਤਾ, ਇਸ ਨੇ ਇਹਦੀ ਮਦਰ ਨੇ ਉੱਥੇ ਆਰਗੂਮੈਂਟ ਵੀ ਕੀਤੇ, ਉਹਨਾਂ ਦੇ ਨਾਲ ਪੁਲਿਸ ਆਈ। ਅਲਟੀਮੇਟਲੀ ਬਹਿਸਬਾਜ਼ੀ ਤੋਂ ਬਾਅਦ ਇਸ ਨੂੰ ਅਲਾਉ ਕਰਨਾ ਪਿਆ ਔਰ ਇਸਨੇ ਆਪਣਾ ਇਗਜ਼ਾਮ ਕਕਾਰਾਂ ਸਮੇਤ ਅੰਦਰ ਜਾ ਕੇ ਕੀਤਾ। ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਆਏ ਨੇ, ਅਸੀਂ ਇਹਨਾਂ ਦਾ ਮਾਣ ਵੀ ਕੀਤਾ ਔਰ ਅਸੀਂ ਇਹਨਾਂ ਤੋਂ ਕੰਪਲੇਂਟ ਲੈ ਕੇ ਕੋਰਟ 'ਚ ਮੂਵ ਕਰਨ ਲੱਗੇ ਹਾਂ ਕਿ ਅੱਜ ਤੋਂ ਬਾਅਦ ਅਸੀਂ ਕੋਰਟ ਤੋਂ ਆਰਡਰ ਲਵਾਂਗੇ ਕਿ ਕੋਈ ਵੀ ਬੰਦਾ, ਕੋਈ ਵੀ ਸੱਜਣ, ਕੋਈ ਵੀ ਔਰਗਨਾਈਜੇਸ਼ਨ ਐਂਟਰੈਂਸ ਟੈਸਟ 'ਤੇ ਕਕਾਰਾਂ ਦੇ ਉੱਤੇ ਰੋਕ ਨਹੀਂ ਲਾ ਸਕਦੀ। ਅੱਜ ਬਹੁਤ ਬੱਚੇ ਜਿਹੜੇ ਨੇ, ਕਿਉਂਕਿ ਉਸ ਵੇਲੇ ਹਾਲਾਤ ਇਹੋ ਜਿਹੇ ਬਣੇ ਹੁੰਦੇ, ਪ੍ਰੈਸ਼ਰ ਇਹੋ ਜਿਹਾ ਹੁੰਦਾ ਹੈ ਕਿ ਉਸ ਹਾਲਾਤਾਂ ਦੇ ਅੱਗੇ ਆਪਣਾ ਝੁਕਦੇ ਹੋਏ ਉਹ ਸਮੇਂ ਦੇ ਹਿਸਾਬ ਨਾਲ ਆਪਣੀ ਕੰਪਰੋਮਾਈਜ਼ ਕਰਦੇ ਹੋਏ ਆਪਣੇ ਹਾਲਾਤਾਂ ਨੂੰ ਸੰਭਾਲਦੇ ਨੇ। ਉਹਨਾਂ ਦੀ ਮਜਬੂਰੀ ਹੁੰਦੀ ਆ, ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਕੰਨ ਬੰਦ ਨੇ, ਅੱਖਾਂ ਤੋਂ ਵਿਖਣ ਵੜ ਗਿਆ। ਜਿਹੜੇ ਕਕਾਰ ਨੇ ਉਹ ਸੰਵਿਧਾਨ ਦੇ ਅੰਦਰ ਅੰਕਿਤ ਆ ਕਿ ਅਸੀਂ ਆਪਣੇ ਕਕਾਰਾਂ ਦੇ ਨਾਲ ਪਾਰਲੀਮੈਂਟ ਤੱਕ ਜਾ ਸਕਦੇ ਹਾਂ, ਜਿਹੜੀ ਸਭ ਤੋਂ ਉੱਚੀ ਜਗ੍ਹਾ ਹੈ। ਇਹੋ ਜਿਹੇ ਵੇਲੇ ਇਸ ਬੱਚੇ ਨੇ ਜਿਹੜੀ ਬਹਾਦਰੀ ਦਿਖਾਈ ਹੈ, ਇਹਦੇ ਵਾਸਤੇ ਪਹਿਲਾਂ ਤਾਂ ਮੈਂ ਇਸਨੂੰ ਵਧਾਈ ਦਿੰਦਾ ਔਰ ਬਾਕੀ ਬੱਚਿਆਂ ਨੂੰ ਵੀ, ਉਹਨਾਂ ਦੇ ਮਾਂ ਬਾਪ ਨੂੰ ਵੀ ਇਹ ਜ਼ਰੂਰ ਬੇਨਤੀ ਕਰਦਾ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਉਤਸ਼ਾਹ ਦਿਖਾਓ ਔਰ ਇਹ ਸਾਹਸ ਦਿਖਾਓ। ਤੁਹਾਡੇ ਕਕਾਰਾਂ ਨੂੰ ਕੋਈ ਤੁਹਾਡੇ ਤੋਂ ਉਤਰਵਾ ਨਹੀਂ ਸਕਦਾ, ਕੋਈ ਜੁਦਾ ਨਹੀਂ ਕਰ ਸਕਦਾ। ਇਹਨਾਂ ਦੇ ਰਾਹੀਂ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਵੀ ਅਪੀਲ ਕਰਾਂਗੇ, ਨੌਜਵਾਨ ਬੱਚਿਆਂ ਨੂੰ ਅਪੀਲ ਕਰਾਂਗੇ ਕਿ ਜਿਹੋ ਜਿਹਾ ਹੌਸਲਾ ਆਪਣੀ ਸਿੱਖੀ ਨੂੰ, ਆਪਣੀ ਅੰਮ੍ਰਿਤ ਦੀ ਜਿਹੜੀ ਦਾਤ ਗੁਰੂ ਸਾਹਿਬ ਦੇ ਕੇ ਗਏ ਨੇ ਉਹਨੂੰ ਬਚਾਉਣ ਵਾਸਤੇ ਜੋ ਹੌਸਲਾ ਇਸ ਬੱਚੇ ਨੇ ਦਿਖਾਇਆ, ਸਾਰੇ ਬੱਚੇ ਇਸ ਤੋਂ ਪ੍ਰੇਰਣਾ ਲੈਣ ਔਰ ਅੱਗੇ ਵੱਧ ਚੜ੍ਹ ਕੇ ਆਪਣੇ ਧਰਮ ਦੀ ਰਾਖੀ ਕਰਨ। ਇਹ ਬੱਚਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਸਰਕਾਰੀ ਜਿਹੜਾ ਬਿਊਰੋਕਰੇਸੀ ਉਹਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਆਮ ਤੌਰ ਦੇ ਹਥਿਆਰ ਨਹੀਂ, ਇਹ ਕੋਈ ਚੀਜ਼ ਨਹੀਂ, ਇਹ ਸਿੱਖੀ ਦੇ ਅੰਗ ਨੇ, ਕੀਮਤੀ ਅੰਗ ਨੇ ਔਰ ਧਾਰਮਿਕ ਚਿੰਨ੍ਹ ਨੇ, ਇਹਨਾਂ ਨੂੰ ਸਿੱਖਾਂ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਅਸੀਂ ਸਾਰੇ ਇਸ ਬੱਚੇ ਦੀ ਹਿੰਮਤ ਦੀ ਦਾਤ ਦਿੰਦੇ ਹਾਂ, ਇਹਨਾਂ ਦੀ ਮਦਰ ਦੀ ਦਾਤ ਦਿੰਦੇ ਹਾਂ ਜਿਨ੍ਹਾਂ ਨੇ ਇਸ ਬੱਚੇ ਨੂੰ ਇੰਨਾ ਹੌਸਲਾ ਦਿੱਤਾ ਔਰ ਇਹ ਬੱਚੇ ਨੂੰ ਦਾਤ ਦਿੰਦੇ ਕਿ ਬੱਚੇ ਨੇ ਮਾਂ ਨੂੰ ਵੀ ਹੌਸਲਾ ਦਿੱਤਾ ਤਾਂ ਕਿ ਦੋਨੋਂ ਜਣੇ ਅੱਗੇ ਵੱਧ ਕੇ ਇਹਨਾਂ ਨੇ ਕਾਰਜ ਕੀਤਾ। ਅਸੀਂ ਇਹਨਾਂ ਦੀ ਕਾਮਯਾਬੀ ਵਾਸਤੇ ਅਰਦਾਸ ਕਰਦੇ ਹਾਂ।